ਜਿਹੜਾ ਗਲੈਂਟਰੀ ਅਵਾਰਡ ਮਿਲਿਆ ਜਾਂਦਾ ਆਮ ਤੌਰ 'ਤੇ ਉਹ ਫੌਜ ਨੂੰ ਮਿਲਦਾ ਜਿਹੜੀ ਦੇਸ਼ ਦੇ ਸਰਹੱਦ ਦੀ ਰਾਖੀ ਕਰਦੀ ਹੈ। ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬੜੀਆਂ ਸੋਚ ਸਮਝਣ ਵਾਲੀਆਂ ਨੇ ਇੱਧਰ ਬਿੱਧਰ। ਪਹਿਲੀ ਗੱਲ ਇਹ ਕਿ ਕੰਮ ਐਗਜੈਕਟਿਵ ਦਾ ਚਿੱਠੀ ਲਿਖਣੀ ਚਾਹੀਦੀ ਸੀ ਮੁੱਖ ਮੰਤਰੀ ਨੂੰ, ਪਰ ਉਹ ਭੂਮਿਕਾ ਸਪੀਕਰ ਸਾਹਿਬ ਕਿਉਂ ਅਦਾ ਕਰ ਰਹੇ? ਇਹਦਾ ਮਤਲਬ ਜਿਹੜਾ ਸਪੀਕਰ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਦਾ ਵੈਸੇ ਕਹਿਤਾ ਜੀ ਸਮਝੌਤਾ ਕਰਾਤਾ, ਫਲਾਨਾ ਕਰਾਤਾ, ਟਿਪਕਾ ਕਰਾਤਾ, ਅਤੇ ਅਜੇ ਵੀ ਇਹਨਾਂ ਦੇ ਦਿੱਲੀ ਵਾਲੇ ਉਹ ਸਪੀਕਰ ਨੂੰ ਹੱਲਾਸ਼ੇਰੀ ਦਿੰਦੇ ਵੀ ਤੁਸੀਂ ਲਿਖੋ, ਇਹ ਵੀ ਇੱਕ ਸਵਾਲ ਨੇ। ਉਹਨਾਂ ਦੇ ਮੁੱਖ ਮੰਤਰੀ ਨੇ ਇਹ ਸਿਫਾਰਿਸ਼ ਕੀਤੀ, ਚਾਰ ਬੰਦਿਆਂ ਨੂੰ ਅਵਾਰਡ ਦੇਣਾ ਹੈ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕਹਿੰਦੇ ਕਥਿਤ ਰੂਪ ਦੇ ਵਿੱਚ। ਪਹਿਲੀ ਗੱਲ ਤਾਂ ਜਿਹੜਾ ਸਾਡਾ ਸੰਵਿਧਾਨ ਹੈ ਉਹ ਇਸ ਚੀਜ਼ ਦੀ ਆਗਿਆ ਦਿੰਦਾ, ਆਗਿਆ ਇਹ ਦਿੰਦਾ ਕਿ ਤੁਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਕੋਈ ਵੀ ਸੰਘਰਸ਼ ਕਰ ਸਕਦੇ ਹੋ। ਜਿਹੜਾ 2020 'ਚ ਸੰਘਰਸ਼ ਹੋਇਆ ਸੀ ਉਹਦੇ ਤੋਂ ਦਿੱਲੀ ਖਾਸ ਕਰ ਪ੍ਰਧਾਨ ਮੰਤਰੀ ਨੂੰ ਤਕਲੀਫ ਬਹੁਤ ਹੋਈ ਕਿ ਜਿਹੜਾ ਪ੍ਰਧਾਨ ਮੰਤਰੀ ਕਦੇ ਝੁਕਦਾ ਨਹੀਂ ਉਸ ਪ੍ਰਧਾਨ ਮੰਤਰੀ ਨੂੰ ਉਹ ਬਿੱਲ ਵਾਪਸ ਲੈਣੇ ਪੈ ਗਏ। ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਹਮਲੇ ਕੀਤੇ ਗਏ, ਕਈ ਕਿਸਾਨ ਜ਼ਖਮੀ ਹੋਏ ਅਤੇ ਇੱਕ ਕਿਸਾਨ ਦੀ ਜਾਨ ਵੀ ਚਲੀ ਗਈ। ਮਾਮਲਾ ਸ਼ੰਭੂ ਬੈਰੀਅਰ ਦੇ ਨਾਲ ਜੁੜਿਆ ਹੋਇਆ ਅਤੇ ਸ਼ੰਭੂ ਬੈਰੀਅਰ ਨੂੰ ਖੋਲ੍ਹਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਸੁਪਰੀਮ ਕੋਰਟ ਦੇ ਵਿੱਚ ਵੀ ਪਟੀਸ਼ਨਾਂ ਪੈ ਚੁੱਕੀਆਂ ਨੇ। ਅਤੇ ਦੂਜੇ ਪਾਸੇ ਜਿਹੜੇ ਕਹਿੰਦੇ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਰੋਕ ਕੇ ਰੱਖਿਆ ਪੁਲਿਸ ਵਾਲਿਆਂ ਨੇ, ਜਿਨ੍ਹਾਂ ਨੇ ਡਰੋਨ ਚਲਾਏ ਉੱਧਰੋਂ ਹਮਲੇ ਕੀਤੇ, ਕਹਿੰਦੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ, ਤਾਂ ਇਸ ਨੂੰ ਲੈ ਕੇ ਇਹਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਪਹਿਲਾਂ ਹੀ ਆਪਣਾ ਗੁੱਸਾ ਜ਼ਾਹਰ ਕਰ ਦਿੱਤਾ ਹੈ ਅਤੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਇਹਨਾਂ ਦਾ ਸਨਮਾਨ ਕਿਉਂ। ਜਿਹੜਾ ਗਲੈਂਟਰੀ ਅਵਾਰਡ ਮਿਲਿਆ ਜਾਂਦਾ ਆਮ ਤੌਰ 'ਤੇ ਉਹ ਫੌਜ ਨੂੰ ਮਿਲਦਾ ਜਿਹੜੀ ਦੇਸ਼ ਦੇ ਸਰਹੱਦ ਦੀ ਰਾਖੀ ਕਰਦੀ ਹੈ। ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬੜੀਆਂ ਸੋਚ ਸਮਝਣ ਵਾਲੀਆਂ ਨੇ ਇੱਧਰ ਬਿੱਧਰ। ਪਹਿਲੀ ਗੱਲ ਇਹ ਕਿ ਕੰਮ ਐਗਜੈਕਟਿਵ ਦਾ ਚਿੱਠੀ ਲਿਖਣੀ ਚਾਹੀਦੀ ਸੀ ਮੁੱਖ ਮੰਤਰੀ ਨੂੰ, ਪਰ ਉਹ ਭੂਮਿਕਾ ਸਪੀਕਰ ਸਾਹਿਬ ਕਿਉਂ ਅਦਾ ਕਰ ਰਿਹਾ? ਇਹਦਾ ਮਤਲਬ ਜਿਹੜਾ ਸਪੀਕਰ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਦਾ ਵੈਸੇ ਕਹਿਤਾ ਜੀ ਸਮਝੌਤਾ ਕਰਾਤਾ, ਫਲਾਨਾ ਕਰਾਤਾ, ਟਿਪਕਾ ਕਰਾਤਾ, ਅਤੇ ਅਜੇ ਵੀ ਇਹਨਾਂ ਦੇ ਦਿੱਲੀ ਵਾਲੇ ਉਹ ਸਪੀਕਰ ਨੂੰ ਹੱਲਾਸ਼ੇਰੀ ਦਿੰਦੇ ਵੀ ਤੁਸੀਂ ਲਿਖੋ, ਇਹ ਵੀ ਇੱਕ ਸਵਾਲ ਨੇ। ਉਹਨਾਂ ਦੇ ਮੁੱਖ ਮੰਤਰੀ ਨੇ ਇਹ ਸਿਫਾਰਿਸ਼ ਕੀਤੀ, ਚਾਰ ਬੰਦਿਆਂ ਨੂੰ ਅਵਾਰਡ ਦੇਣਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਕਹਿੰਦੇ ਕਥਿਤ ਰੂਪ ਦੇ ਵਿੱਚ, ਅਤੇ ਉਹ ਸ਼ੁਭਕਰਨ ਦਾ ਜਿਹੜਾ ਸੀਗਾ ਮੁੰਡਾ ਉਹਦੀ ਤਾਂ ਖਨੌਰੀ ਬਾਰਡਰ ਦੇ ਉੱਤੇ ਮੌਤ ਹੋਈ ਸੀ, ਕਈਆਂ ਦੇ ਪਿੱਠ ਦੇ ਵਿੱਚ ਰਬੜ ਦੇ ਗੋਲੀਆਂ ਲੱਗੀਆਂ, ਇਹ ਜਾ ਕਿੱਧਰ ਨੂੰ ਰਿਹਾ? ਅਤੇ ਸਪੀਕਰ ਸਾਹਿਬ ਨੇ ਫਿਰ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ, ਜਾਂ ਕਿਤੇ ਇਹ ਤਾਂ ਨਹੀਂ ਕਿ ਮੁੱਖ ਮੰਤਰੀ ਦੀ ਥਾਂ 'ਤੇ ਇਹ ਜਿਹੜੇ ਝਾੜੂ ਵਾਲੇ ਆ ਦਿੱਲੀ ਵਾਲੇ ਇਹ ਸਪੀਕਰ ਸਾਹਿਬ ਨੂੰ ਉਭਾਰ ਰਹੇ ਹੋਣ? ਚਰਚਾ ਜਿਹੜੀ ਆ ਉਹ ਖਬਰਾਂ ਦੇ ਉੱਤੇ ਆ ਅਤੇ ਖਾਸ ਤੌਰ ਦੇ ਉੱਤੇ ਹੁਣ ਕਿਸਾਨੀ ਮੁੱਦੇ ਦੀ ਗੱਲ ਜਦੋਂ ਛੱਡਦੀ ਆ ਤਾਂ ਫਿਰ ਅਜਿਹੇ ਜਿਹੜੇ ਹਾਲਾਤ ਪੈਦਾ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਧਰਨੇ ਲਾਉਣੇ ਪੈਂਦੇ ਨੇ, ਧਰਨੇ ਲਾ ਕੇ ਆਪਣੀਆਂ ਮੰਗਾਂ ਰੱਖਣੀਆਂ ਪੈਂਦੀਆਂ ਨੇ। ਅਤੇ ਮਾਮਲਾ ਹੁਣ ਭਖ ਚੁੱਕਿਆ, ਕਾਰਨ ਇਹ ਹੈ ਕਿ ਕਿਉਂ ਇਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ, ਕਿਉਂ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ,
ਹਾਲਾਂਕਿ ਹਰਿਆਣਾ ਸਰਕਾਰ ਆਪਣੇ ਵੱਲੋਂ ਆਪਣੀਆਂ ਕਾਰਵਾਈਆਂ ਕਰਕੇ ਬੈਠੀ ਹੈ ਕਿ ਅਸੀਂ ਤਾਂ ਜੀ ਕਿਸਾਨ ਅੱਗੇ ਵਧਣ ਹੀ ਨਹੀਂ ਦਿੱਤੇ, ਅਸੀਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਹੀ ਉਹਨਾਂ ਨੂੰ ਰੋਕ ਲਿਆ। ਅਤੇ ਵੈਸੇ ਦੇ ਵਿੱਚ ਟਲ ਸਾਹਿਬ, ਕਿਸਾਨਾਂ ਦੀ ਇਹ ਜ਼ਰੂਰ ਸੀਗੀ ਕਿ ਉਹਨਾਂ ਨੇ ਬਿਨਾਂ ਕਾਲ ਤੋਂ ਆਪਣਾ ਜਿਹੜਾ ਕਾਫਲਾ ਸ਼ੁਰੂ ਨਹੀਂ ਕੀਤਾ ਸੀ, ਪਹਿਲਾਂ ਕਾਲ ਦਿੱਤੀ ਕਿ ਅਸੀਂ ਇੱਧਰ ਨੂੰ ਆ ਰਹੇ ਹਾਂ। ਅਤੇ ਤੁਸੀਂ ਫਰਜ਼ ਕਰੋ ਜੇਕਰ ਕਿਸਾਨ ਬਿਨਾਂ ਦੱਸੇ ਹੀ ਚਲੇ ਜਾਂਦੇ ਤਾਂ ਫਿਰ ਕਿਹੜੀਆਂ ਰੋਕਾਂ ਲੱਗ ਜਾਂਦੀਆਂ? ਨਹੀਂ, ਬਿਲਕੁਲ ਠੀਕ ਹੈਗਾ। ਪਹਿਲੀ ਗੱਲ ਤਾਂ ਜਿਹੜਾ ਸਾਡਾ ਸੰਵਿਧਾਨ ਹੈ ਉਹ ਇਸ ਚੀਜ਼ ਦੀ ਆਗਿਆ ਦਿੰਦਾ ਹੈ, ਆਗਿਆ ਇਹ ਦਿੰਦਾ ਕਿ ਤੁਸੀਂ ਸ਼ਾਂਤੀਪੂਰਵਕ ਤਰੀਕੇ ਨਾਲ ਕੋਈ ਵੀ ਸੰਘਰਸ਼ ਕਰ ਸਕਦੇ ਹੋ। ਜਿਹੜਾ 2020 'ਚ ਸੰਘਰਸ਼ ਹੋਇਆ ਸੀ ਉਹਦੇ ਤੋਂ ਦਿੱਲੀ ਖਾਸ ਕਰ ਪ੍ਰਧਾਨ ਮੰਤਰੀ ਨੂੰ ਤਕਲੀਫ ਬਹੁਤ ਹੋਈ ਕਿ ਜਿਹੜਾ ਪ੍ਰਧਾਨ ਮੰਤਰੀ ਕਦੇ ਝੁਕਦਾ ਨਹੀਂ ਉਸ ਪ੍ਰਧਾਨ ਮੰਤਰੀ ਨੂੰ ਉਹ ਬਿੱਲ ਵਾਪਸ ਲੈਣੇ ਪੈ ਗਏ। ਦੂਜੀ ਵਾਰ ਪ੍ਰਧਾਨ ਮੰਤਰੀ ਤਾਂ ਹੋਰ ਆ ਗਿਆ, ਮੋਦੀ ਦੀ ਗਰੰਟੀ ਖਤਮ ਹੋ ਗਈ। ਅਜੇ ਵੀ ਪ੍ਰਧਾਨ ਮੰਤਰੀ ਸਾਹਿਬ ਦੇ ਚਿਹਰੇ ਤੋਂ ਦੇਖੋ ਲੱਗਦਾ ਨਹੀਂ ਕਿ ਉਹ ਅੰਦਰੋਂ ਖੁਸ਼ ਨੇ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਸਾਹਮਣੇ ਨੇ। ਸੋ ਆਪਾਂ ਗੱਲ ਕਰਦੇ ਸੀਗੇ ਕਿ ਸਪੀਕਰ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਹੈ ਉਹਦੇ ਦੂਰੇ ਅਰਥ ਕੱਢੇ ਜਾ ਰਹੇ ਨੇ ਕਿ ਕਿਤੇ ਆਮ ਆਦਮੀ ਪਾਰਟੀ ਵਾਲੇ ਆਪਣੇ ਹੀ ਮੁੱਖ ਮੰਤਰੀ ਦੀ ਥਾਂ ਸਪੀਕਰ ਸਾਹਿਬ ਨੂੰ। ਇਹ ਵੈਸੇ ਵੀ ਹੈ ਕਿ ਜਿੰਨੀਆਂ ਆ ਕੇਂਦਰ ਦੀਆਂ ਪਾਰਟੀਆਂ ਨੇ ਰਾਜਾਂ ਦੇ ਵਿੱਚ ਇਹ ਜਿਹੜੇ ਆ ਪਾਵਰ ਦੇ ਦੋ ਖੇਤਰ, ਦੋ ਧੜੇ, ਦੋ ਪਲੇਟਫਾਰਮ ਬਣਾ ਕੇ ਰੱਖਦੇ ਆ। ਸੋ ਦੇਖਦੇ ਹਾਂ ਇਹਦੇ ਵਿੱਚ ਭਵਿੱਖ ਦੇ ਵਿੱਚ ਕੀ ਵਾਪਰਦਾ ਹੈ, ਜਾਂ ਸਪੀਕਰ ਸਾਹਿਬ ਨੇ ਚਿੱਠੀ ਲਿਖਣ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਸੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਜਿਹੜਾ ਵਿੱਤ ਕਮਿਸ਼ਨ ਆਇਆ ਉਹਦੇ ਵਿੱਚ ਲੋਕ ਸੰਪਰਕ ਵਿਭਾਗ ਵੱਲੋਂ ਚਾਰ ਚਾਰ ਪੰਜ ਪੰਜ ਵਾਰੀ ਪ੍ਰੈਸ ਨੋਟ ਬਣਾਉਣੇ ਪਏ। ਇਸ਼ਾਰਾ ਜਿਹਾ ਥੋੜ੍ਹਾ ਜਿਹਾ ਵਿੱਤ ਮੰਤਰੀ ਸਾਹਿਬ ਵੱਲ ਹੋ ਰਿਹਾ ਕਿ ਉਹਨਾਂ ਦਾ ਨਾਂ ਸ਼ਾਇਦ ਪ੍ਰੈਸ ਨੋਟ 'ਚੋਂ ਗਾਇਬ ਸੀ, ਸੀ ਨਹੀਂ ਸੀ, ਇਹ ਤਾਂ ਲੋਕ ਸੰਪਰਕ ਵਾਲੇ ਦੱਸ ਸਕਦੇ ਆ ਅਸਲੀਅਤ ਕੀ ਸੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।